ਅਬੋਹਰ ਦੀ ਇੱਕ ਸਰਕਾਰੀ ਬਿਲਡਿੰਗ ਨੂੰ ਦੇ ਵਪਾਰ ਦੇ ਅੱਡੇ ਵਜੋਂ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੀ ਇਸ ਬਿਲਡਿੰਗ ਨੂੰ ਪੈਲੇਸ ਦਾ ਰੂਪ ਦੇ ਕੇ ਇਸ ਨੂੰ ਠੇਕੇ ਤੇ ਦਿੱਤਾ ਗਿਆ ਸੀ। ਪੁਲਿਸ ਨੇ ਰੇਡ ਦੌਰਾਨ ਪੈਲੇਸ ਦੇ ਉੱਪਰ ਬਣੇ ਕਮਰਿਆਂ 'ਚੋਂ ਇੱਕ ਲੜਕੀ ਤੇ ਇੱਕ ਔਰਤ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ। ਉੱਥੇ ਥਾਣਾ ਸਿਟੀ 1 ਦੇ SHO ਨੇ ਦੱਸਿਆ ਕਿ ਇਸ ਪੈਲੇਸ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਸੀ, ਜਿਸ ਦਾ ਕਿ ਪਰਦਾਫਾਸ਼ ਕਰਕੇ 7 ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਅੱਜ ਸਾਨੂੰ ਗੁਪਤ ਸੂਚਨਾ ਮਿਲੀ ਕਿ ਅਬੋਹਰ ਪੈਲੇਸ ਦੇ ਜਿਹੜਾ ਮੈਨੇਜਰ ਹੈ ਰਜਿੰਦਰ ਕੁਮਾਰ, ਜਿਹੜਾ ਕਿ ਦੇਹ ਵਪਾਰ ਦਾ ਧੰਦਾ ਕਰਾਉਂਦਾ ਹੈ, ਸੂਚਨਾ ਦੇ ਆਧਾਰ 'ਤੇ ਰੇਡ ਕੀਤਾ ਗਿਆ, ਜਿੱਥੋਂ 4 ਜੈਂਟਸ ਅਤੇ 2 ਲੇਡੀਜ਼ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ। ਇੱਕ ਦੋਸ਼ੀ ਫਰਾਰ ਹੈ। ਪੁਲਿਸ ਨੇ 7 2 ਲੇਡੀਜ਼ ਅਤੇ 5 ਜੈਂਟਸ ਦੇ ਖਿਲਾਫ਼ ਪਰਚਾ ਦਰਜ ਕੀਤਾ। ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਏਗੀ। ਸਵੇਰਾ ਪੰਜਾਬ ਲਈ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ। ਕਿਆ ਹੈ ਪਰੇਸ਼ਾਨ, ਕਿਆ ਆਪਕੀ ਸਮੱਸਿਆ ਕਾ ਹੱਲ ਨਹੀਂ ਹੋ ਪਾ ਰਹਾ ਤੋ ਨਿਰਾਸ਼ ਨਾ ਹੋ। 17 ਵਾਰ ਗੋਲਡ ਮੈਡਲਿਸਟ ਮੀਆਰ ਰਫੀਕ ਮੁਹੰਮਦ, ਜਿਨਕੇ ਪਾਸ ਹੈ ਆਪਕੀ ਹਰ ਸਮੱਸਿਆ ਕਾ ਹੱਲ, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप, आपकी समस्या का हल होगा 31 घंटों में। फिर देर किस बात की, स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाए। देश दुनिया की हर बड़ी खबर के लिए हुने डाउनलोड करो नंबर 1 न्यूज ऐप दैनिक सवेरा टाइम्स।